ਕੱਲ ਯਾਨੀ ਕਿ 30 ਮਈ ਨੂੰ ਹੁਸ਼ਿਆਰਪੁਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਨੇ। ਸੋ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਫੇਰੀ ਨੂੰ ਲੈ ਕੇ ਜਿੱਥੇ ਸਮੁੱਚੀ ਭਾਜਪਾ ਪੰਜਾਬ ਦੀ ਲੀਡਰਸ਼ਿਪ ਪੱਬਾ ਭਾਰ ਹੈ, ਉੱਥੇ ਹੀ ਆਮ ਲੋਕਾਂ ਦੇ ਵਿੱਚ, ਆਮ ਜਨਤਾ ਦੇ ਵਿੱਚ ਵੀ ਨਰਿੰਦਰ ਮੋਦੀ ਦੀ ਰੈਲੀ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ। ਪਰੰਤੂ ਅੱਜ ਗੱਲਬਾਤ ਕਰਾਂਗੇ ਹੁਸ਼ਿਆਰਪੁਰ ਤੋਂ ਕੇਂਦਰੀ ਰਾਜ ਮੰਤਰੀ ਅਤੇ ਮੌਜੂਦਾ ਸੰਸਦ ਸੋਮ ਪ੍ਰਕਾਸ਼ ਹੋਰਾਂ ਦੀ, ਜਿਨ੍ਹਾਂ ਦੀ ਕਾਰਗੁਜ਼ਾਰੀ ਤੋਂ ਹਰ ਇੱਕ ਵਿਅਕਤੀ ਬੇਹੱਦ ਚੰਗੀ ਤਰ੍ਹਾਂ ਦੇ ਨਾਲ ਜਾਣੂ ਹੈ ਕਿ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਹੈ ਇਹਨਾਂ 5 ਸਾਲਾਂ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਰਹੀ ਹੈ, ਕਿੰਨਾ ਕੁ ਲੋਕਾਂ ਦੇ ਵਿੱਚ ਵਿਛੜੇ ਨੇ, ਕਿੰਨੇ ਕੁ ਵੱਡੇ ਉਹ ਵਿਕਾਸ ਦੇ ਪ੍ਰੋਜੈਕਟ ਲੈ ਕੇ ਆਏ ਨੇ। ਖੈਰ, ਇਹ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ, ਜਿਵੇਂ ਕਿ ਹਰ ਵਾਰੀ ਮੈਂ ਗੱਲ ਕਰਦਾ ਹੁੰਦਾ ਕਿ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਹੈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੋਰਾਂ ਦੀ, ਉਹਨਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਿਸ ਕਦਰ ਲੋਕਾਂ ਦੇ ਵਿੱਚ, ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਲੋਕਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ, ਇਸ ਤੋਂ ਵੀ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਅਤੇ ਸਮੁੱਚੀ ਭਾਜਪਾ ਦੀ ਲੀਡਰਸ਼ਿਪ ਵੀ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਹੈ। ਅੰਦਰੋਂ ਗਤੀ ਹਰ ਇੱਕ ਭਾਜਪਾ ਦਾ ਆਗੂ, ਹਰ ਇੱਕ ਵਰਕਰ, ਹਰ ਇੱਕ ਵਲੰਟੀਅਰ ਇਸ ਗੱਲ ਨੂੰ ਲੈ ਕੇ ਚੰਗੀ ਤਰ੍ਹਾਂ ਵਾਕਿਫ ਹੈ ਕਿ ਕੇਂਦਰੀ ਰਾਜ ਮੰਤਰੀ ਵੱਲੋਂ ਆਪਣੀ ਕਾਰਗੁਜ਼ਾਰੀ ਹੈ ਜਿਹੜੀ ਉਹ ਬਹੁਤੇ ਵਧੀਆ ਤਰੀਕੇ ਦੇ ਨਾਲ ਨਹੀਂ ਨਿਭਾਈ ਗਈ ਹੈ। ਸੋ ਉੱਥੇ ਜੇਕਰ ਆਪਾਂ ਪੰਜਾਬ ਭਾਜਪਾ ਦੇ ਵੱਡੇ ਆਗੂਆਂ ਦੀ ਗੱਲ ਕਰੀਏ ਜਾਂ ਹੋਰ ਵੱਡੇ ਆਗੂਆਂ ਦੀ ਗੱਲ ਕਰੀਏ, ਜਿਹੜੇ ਨੈਸ਼ਨਲ ਪੱਧਰ ਦੇ ਆਗੂ ਨੇ, ਲਗਾਤਾਰ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਵੱਲੋਂ ਫੇਰੀਆਂ ਲਾਈਆਂ ਜਾ ਰਹੀਆਂ ਨੇ, ਵਾਰ-ਵਾਰ ਉਹਨਾਂ ਵੱਲੋਂ ਜਿਹੜਾ ਦੌਰਾ ਕੀਤਾ ਜਾ ਰਿਹਾ ਰੈਲੀ ਵਾਲੀ ਥਾਂ ਦਾ, ਪ੍ਰੈਸ ਕਾਨਫਰੰਸਾਂ ਨੂੰ ਵੀ ਸੰਬੋਧਨ ਕੀਤਾ ਜਾ ਰਿਹਾ। ਅਤੇ ਜਦੋਂ ਵੀ ਇਹਨਾਂ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਬਹੁਤ ਜ਼ਿਆਦਾ ਉਹਨਾਂ ਦੇ ਸ਼ੋਹਲੇ ਗਾਏ ਜਾਂਦੇ ਨੇ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਨੂੰ ਅੱਗੇ ਲਿਜਾਇਆ ਗਿਆ ਤਾਂ ਪਿਛਲੇ 70-75 ਸਾਲਾਂ ਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਹੈ ਇਸ ਤਰ੍ਹਾਂ ਦੇਸ਼ ਨੂੰ ਅੱਗੇ ਲੈ ਕੇ ਨਹੀਂ ਗਈ ਹੈ। ਕੇਂਦਰੀ ਰਾਜ ਮੰਤਰੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਜਦੋਂ ਉਹਨਾਂ ਦੀ ਆਪਾਂ ਉਮੀਦਵਾਰ ਬੀਬੀ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਨਾਲ ਜਾਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਤਾਂ ਉਹ ਕਹਿੰਦੇ ਆ ਕਿ ਮੈਂ ਬਹੁਤ ਵੱਡੇ ਪੱਧਰ 'ਤੇ ਜਿਹੜੇ ਵਿਕਾਸ ਦੇ ਕੰਮ ਕਰਵਾਏ ਨੇ, ਮੈਂ ਲੋਕਾਂ ਦੇ ਵਿੱਚ ਹੋ ਸਕਦਾ ਕਿ ਥੋੜ੍ਹਾ ਘੱਟ ਵਿਛੜਿਆ ਹੋਵਾਂ, ਜੇਕਰ ਆਪਾਂ ਵਿਕਾਸ ਦੇ ਕੰਮਾਂ ਦੀ ਗੱਲ ਕਰੀਏ ਤਾਂ ਮੈਂ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਵਿਕਾਸ ਦੇ ਕੰਮ ਕਰਵਾਏ ਨੇ। ਤਾਂ ਇਹੀ ਸ਼ਬਦਾਵਲੀ ਹੈ ਜਿਹੜੀ ਉਹਨਾਂ ਦੀ ਧਰਮ ਪਤਨੀ ਜੋ ਕਿ ਭਾਜਪਾ ਦੀ ਉਮੀਦਵਾਰ ਹੈ ਅਨੀਤਾ ਸੋਮ ਪ੍ਰਕਾਸ਼ ਵੱਲੋਂ ਦੁਹਰਾਈ ਜਾਂਦੀ ਹੈ ਕਿ ਸੋਮ ਪ੍ਰਕਾਸ਼ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ 'ਤੇ ਹੀ ਉਹ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਵੋਟ ਮੰਗ ਰਹੇ ਨੇ। ਸੋ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਜਿਵੇਂ ਕਿ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਦੱਸਿਆ ਕਿ ਕਾਰਗੁਜ਼ਾਰੀ ਢਿੱਲੀ ਹੈ ਜਾਂ ਵਧੀਆ ਹੈ, ਕਿੰਨੀ ਕੁ ਜ਼ਿਆਦਾ ਵਧੀਆ ਜਾਂ ਮਾੜੀ ਹੈ, ਮੈਨੂੰ ਬੋਲ ਕੇ ਦੱਸਣ ਦੀ ਇਸ ਬਾਬਤ ਲੋੜ ਨਹੀਂ ਹੈ। ਜਦੋਂ ਵੀ ਗੱਲਬਾਤ ਚੱਲਦੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ, ਇੱਕ ਹੀ ਗੱਲ ਉਹਨਾਂ ਵੱਲੋਂ ਕਹੀ ਜਾਂਦੀ ਹੈ ਕਿ ਰੇਲਵੇ ਸਟੇਸ਼ਨ ਦਾ ਜਿਹੜਾ ਸੁਧਾਰ ਕੀਤਾ ਜਾ ਰਿਹਾ ਵੱਡੇ ਪੱਧਰ 'ਤੇ, ਇੱਕ ਆਧੁਨਿਕ ਢੰਗ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਹੁਸ਼ਿਆਰਪੁਰ ਦੇ ਲੋਕਾਂ ਨੂੰ ਬਣਾ ਕੇ ਦਿੱਤਾ ਜਾ ਰਿਹਾ। 4-ਲੈਨ ਪ੍ਰੋਜੈਕਟ ਆ ਜਿਹੜਾ ਉਹ ਫਗਵਾੜਾ ਤੋਂ ਹੁਸ਼ਿਆਰਪੁਰ 4 ਮਾਰਗੀ 'ਚੋਂ ਮਾਰਗੀ ਜਿਹੜੀ ਸੜਕ ਦਾ ਉਹ ਨਿਰਮਾਣ ਉਹਨਾਂ ਵੱਲੋਂ ਸ਼ੁਰੂ ਕਰਵਾਇਆ ਜਾ ਰਿਹਾ। ਉਹ ਇੱਕ ਵੱਡਾ ਪ੍ਰੋਜੈਕਟ ਲੈ ਕੇ ਆਏ ਨੇ, ਮੈਡੀਕਲ ਕਾਲਜ ਉਹ ਲੈ ਕੇ ਆਏ ਨੇ, ਹਾਲਾਂਕਿ ਇੱਕ ਇੱਟ ਤੱਕ ਵੀ ਜਿਹੜੀ ਉਹ ਮੈਡੀਕਲ ਕਾਲਜ ਦੀ ਲੱਗੀ ਹੋਈ ਨਜ਼ਰ ਨਹੀਂ ਆ ਰਹੀ ਹੈ, ਕਿਉਂਕਿ ਪਿਛਲੇ ਤਕਰੀਬਨ 6 ਸਾਲ ਤੋਂ ਵਧੇਰੇ ਦਾ ਸਮਾਂ ਹੋ ਗਿਆ, 6-7 ਸਾਲਾਂ ਤੋਂ ਵਧੇਰੇ ਦਾ ਸਮਾਂ ਹੋ ਚੁੱਕਿਆ ਕਿ ਜਿਵੇਂ ਕਿ ਮੈਂ ਹਰ ਵਾਰ ਅਕਸਰ ਸ਼ਬਦਾਵਲੀ ਵਰਤਦਾ ਹੁੰਦਾ ਕਿ ਮੈਡੀਕਲ ਕਾਲਜ ਤਾਂ ਸਾਡੇ ਸਿਆਸਤਦਾਨਾਂ ਨੇ ਉਹ ਜਲੂਸ ਕੱਢ ਕੇ ਰੱਖ ਦਿੱਤਾ ਹੋਇਆ, ਇੱਟ ਇੱਕ ਨਹੀਂ ਲੱਗੀ। ਅਤੇ ਗੱਲਾਂ ਇਹ ਹੈ ਕਿ ਗੱਲਾਂ ਦੇ ਵਿੱਚ ਤਾਂ ਮੈਡੀਕਲ ਕਾਲਜ ਸ਼ੁਰੂ ਵੀ ਹੋ ਚੁੱਕਿਆ, ਹੋ ਸਕਦਾ ਬਹੁਤ ਸਾਰੇ ਵਿਦਿਆਰਥੀ ਇੱਥੋਂ ਡਾਕਟਰ ਵੀ ਬਣ ਕੇ ਨਿਕਲ ਗਏ ਹੋਣਗੇ। ਗੱਲਾਂ ਦੀ ਆਪਾਂ ਰਾਜਨੀਤਿਕ ਆਗੂਆਂ ਦੀ ਜੇਕਰ ਗੱਲਾਂ ਦੀ ਗੱਲ ਕਰੀਏ, ਕਹਿੰਦੇ ਨਾ ਸਾਡੇ ਪੰਜਾਬੀ ਦੇ ਵਿੱਚ ਇੱਕ ਕਹਾਵਤ ਕਹਿ ਦਿੰਦੇ ਕਿ ਚਲੋ ਗੱਲਾਂ ਦਾ ਕੜਾਹ ਬਣਾਉਣਾ ਕਿਸੇ ਹਿਸਾਬ ਦੇ ਨਾਲ ਬਣਾ ਲਓ, ਸੋ ਹਿਸਾਬ ਸਾਡੇ ਸਿਆਸਤਦਾਨਾਂ ਦਾ। ਸੋ ਮੈਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੋਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਤੁਸੀਂ ਦਮਗੱਜੇ ਮਾਰਦੇ ਹੋ ਕਿ ਤੁਸੀਂ ਰੇਲਵੇ ਸਟੇਸ਼ਨ ਦਾ ਕੰਮ ਸ਼ੁਰੂ ਕਰਵਾਇਆ, ਤਾਂ ਭਾਈ ਸਾਹਿਬ ਆਪਣੇ ਕਾਰਜਕਾਲ ਦੇ ਦੌਰਾਨ ਹੀ ਇਹਨਾਂ ਕੰਮਾਂ ਵੱਲ ਥੋੜ੍ਹੀ ਜਿਹੀ ਜ਼ਿਆਦਾ ਨਹੀਂ, ਥੋੜ੍ਹੀ ਜਿਹੀ ਇੱਕ 5-6 ਝਾਤ, ਇੱਕ ਨਿੱਕੀ ਝਾਤ ਤੁਸੀਂ ਮਾਰ ਲਿਓ ਆਪਣੇ ਕੰਮਾਂ ਵੱਲ। 4.5 ਸਾਲ ਤੁਸੀਂ ਡੱਕਾ ਨਹੀਂ ਤੋੜਿਆ ਹੁਸ਼ਿਆਰਪੁਰ ਦੇ ਵਿੱਚ ਆ ਕੇ
ਸਾਢੇ 4 ਸਾਲ ਤੁਸੀਂ ਕੁਛ ਕੰਮ ਨਹੀਂ ਕੀਤਾ, ਤੁਸੀਂ ਕੋਈ ਲੋਕਾਂ ਦੇ ਵਿੱਚ ਨਹੀਂ ਵਿਚਰੇ। ਜਦੋਂ 3 ਕੁ ਮਹੀਨਿਆਂ ਦਾ ਸਮਾਂ ਤੁਹਾਡੀ ਸਰਕਾਰ ਨੂੰ ਬਾਕੀ ਰਹਿੰਦਾ ਸੀ, ਜਦੋਂ ਚੋਣਾਂ ਦਾ ਐਲਾਨ ਨਹੀਂ ਹੋਇਆ ਸੀ, ਤਾਂ ਉਦੋਂ ਆ ਕੇ 3-4 ਮਹੀਨੇ ਪਹਿਲਾਂ, ਹੋ ਸਕਦਾ ਥੋੜ੍ਹਾ ਅੱਗੇ ਪਿੱਛੇ ਹੋ ਸਕਦਾ ਹੋਰ ਸਮਾਂ, ਅਤੇ ਉਦੋਂ ਆ ਕੇ ਤੁਸੀਂ ਰੇਲਵੇ ਸਟੇਸ਼ਨ ਦੇ ਨਿਰਮਾਣ ਦਾ ਕੰਮ ਤੁਹਾਡੇ ਵੱਲੋਂ ਸ਼ੁਰੂ ਕਰਵਾ ਦਿੱਤਾ ਜਾਂਦਾ। ਚੋਣਾਂ ਤੋਂ ਐਨ ਜਦੋਂ ਚੋਣਾਂ ਦਾ ਮਾਹੌਲ ਸਿਖਰਾਂ 'ਤੇ ਹੁੰਦਾ, ਐਲਾਨ ਹੋਣਾ ਬਸ ਬਾਕੀ ਹੁੰਦਾ, ਤੁਸੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਹੁਸ਼ਿਆਰਪੁਰ ਦੇ ਵਿੱਚ ਉਹ ਆਉਂਦੇ ਨੇ ਜਾਂ ਉਹਨਾਂ ਨੂੰ ਬੁਲਾਇਆ ਜਾਂਦਾ, ਤਾਂ ਉਹ ਨੀਂਹ ਪੱਥਰ ਰੱਖ ਜਾਂਦੇ ਨੇ ਫਗਵਾੜਾ ਤੋਂ ਹੁਸ਼ਿਆਰਪੁਰ 'ਚੋਂ ਮਾਰਗੀ ਦਾ। ਸਵਾਲ ਇਹ ਹੈ ਕਿ 4.5-5 ਸਾਲ ਦੀ ਕਾਰਗੁਜ਼ਾਰੀ ਤੁਹਾਡੀ ਕਿੱਥੇ ਸੀ? ਉਹਨਾਂ ਲੋਕਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੇ ਆਪਣੇ ਵਾਹਨ ਤੁੜਵਾਏ ਨੇ, ਆਪਣੀਆਂ ਲੱਤਾਂ ਬਾਹਾਂ ਤੁੜਵਾਈਆਂ ਨੇ, ਜ਼ਖਮ ਝੱਲੇ ਨੇ, ਸੱਟਾਂ ਝੱਲੀਆਂ ਨੇ? ਰੇਲਵੇ ਰੋਡ, ਹੁਸ਼ਿਆਰਪੁਰ ਦੇ ਰੇਲਵੇ ਰੋਡ ਦਾ ਕਿੰਨਾ ਜ਼ਿਆਦਾ ਮਾੜਾ ਹਾਲ ਸੀ, ਚਾਹ ਕੇ ਵੀ ਉਹਨਾਂ ਹਾਲਾਤਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਰੋਜ਼ਾਨਾ ਹੀ ਅਨੇਕਾਂ ਵਿਅਕਤੀ ਉੱਥੋਂ ਡਿੱਗਦੇ ਸਨ, ਮਹਿਲਾਵਾਂ ਡਿੱਗਦੀਆਂ ਸਨ, ਬੱਚੇ ਡਿੱਗਦੇ ਸਨ, ਵਾਹਨਾਂ ਦਾ ਨੁਕਸਾਨ ਹੁੰਦਾ ਸੀ, ਉਹਨਾਂ ਦੀ ਗੱਡੀਆਂ ਦਾ, ਉਹਨਾਂ ਦੇ ਸਕੂਟਰ ਮੋਟਰਸਾਈਕਲਾਂ ਦਾ ਨੁਕਸਾਨ ਹੁੰਦਾ ਸੀ, ਉਹ ਕਿਸੇ ਅਰਥ ਨਹੀਂ। 4.5 ਸਾਲ ਉਹ ਸੜਕ ਤੁਹਾਡੇ ਤੋਂ ਨਹੀਂ ਬਣ ਪਾਈ। ਜਦੋਂ ਚੋਣਾਂ ਦਾ ਐਲਾਨ ਹੋਣਾ ਬਾਕੀ ਸੀ, ਕੰਮ ਵੀ ਸ਼ੁਰੂ ਹੋ ਜਾਂਦਾ, ਹੁਣ ਵੱਡੇ ਵੱਡੇ ਤੁਸੀਂ ਦਮਗੱਜੇ ਵੀ ਮਾਰ ਰਹੇ ਹੋ, ਇਹਨਾਂ ਸਵਾਲਾਂ ਦਾ ਜਵਾਬ ਵੀ ਦਿਓ ਨਾ ਕਿ 4.5-5 ਸਾਲ ਤੁਸੀਂ ਉਹ ਕੰਮ ਕਿਉਂ ਨਹੀਂ ਸ਼ੁਰੂ ਕਰਵਾ ਰਹੇ, ਕਰਵਾ ਸਕੇ? ਇੱਕ ਕੋਈ 1.25 ਕਿਲੋਮੀਟਰ ਦੀ ਜਿਹੜੀ ਉਹ ਸੜਕ ਸੀ ਤੁਹਾਡੇ ਕੋਲ ਬਣਵਾ ਨਹੀਂ ਹੋਈ, ਉੱਥੇ ਲਾਈਟਾਂ ਤੱਕ ਨਹੀਂ ਲੱਗੀਆਂ ਹੋਈਆਂ ਸੀ, ਉੱਥੇ ਕੋਈ ਕੰਮ ਨਹੀਂ ਹੋਇਆ ਸੀਗਾ। ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਵਾਰ ਵਾਰ ਉਸ ਜਗ੍ਹਾ ਦਾ ਮੁੱਦਾ ਚੁੱਕਿਆ ਜਾ ਰਿਹਾ ਸੀ ਸੜਕ ਦਾ, ਕਿਉਂਕਿ ਇੱਕ ਆਪਾਂ ਕਹਿ ਸਕਦੇ ਕਿ ਇੱਕ ਸ਼ੋਰਟ ਰਸਤਾ ਸੀਗਾ, ਆਪਾਂ ਸ਼ੋਰਟਕੱਟ ਕਹਿ ਸਕਦੇ ਹਾਂ ਕਿ ਜਦੋਂ ਇੱਧਰੋਂ ਸ਼ਾਸਨ ਚੌਕ ਵੱਲ ਨੂੰ ਜਾਣਾ ਹੋਵੇ ਜਾਂ ਪੁਰਾਣੀ ਕਚਹਿਰੀਆਂ ਨੂੰ ਜਾਣਾ ਹੋਵੇ, ਤਾਂ ਇੱਕ ਉਹ ਛੋਟਾ ਰਸਤਾ ਸੀ, ਤਾਂ ਉਸ ਰਸਤੇ ਦੇ ਹਾਲਾਤ ਕੀ ਬਣੇ ਹੋਏ ਸੀ, ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂਗਾ। ਹਾਲਾਂਕਿ ਅਜੇ ਵੀ ਹਾਲਾਤ ਤਾਂ ਕੋਈ ਬਹੁਤੇ ਵਧੀਆ ਨਹੀਂ ਹੈ, ਇੱਕ ਛੋਟਾ ਟੋਟਿਆ ਜਿਹੜਾ ਉਹ ਅਜੇ ਬਾਕੀ ਰਹਿੰਦਾ, ਹੁਣ ਤਾਂ ਚਲੋ ਵੱਡੇ ਪੱਧਰ 'ਤੇ ਕੰਮ ਚੱਲ ਰਿਹਾ, ਜੰਗੀ ਪੱਧਰ 'ਤੇ ਹੋ ਸਕਦਾ ਉਹ ਜਲਦੀ ਬਣ ਕੇ ਤਿਆਰ ਹੋ ਜਾਵੇਗਾ, ਪਰੰਤੂ ਉਹ 4.5 ਸਾਲ ਦਾ ਸਮਾਂ, ਉਹ 4.5 ਸਾਲ ਦਾ ਸਮਾਂ ਲੋਕ ਕਿਵੇਂ ਭੁਲਾਉਣਗੇ? ਉਸ ਤੋਂ ਬਾਅਦ ਆਪਾਂ ਚੋਂ ਮਾਰਗੀ ਫਗਵਾੜਾ ਤੋਂ ਹੁਸ਼ਿਆਰਪੁਰ ਦੀ ਗੱਲ ਕਰ ਰਹੀਏ, ਹੁਣ ਤਾਂ ਮੈਨੂੰ ਲੱਗਦਾ ਕਿ 3-4 ਮਹੀਨਿਆਂ ਦੇ ਕਰੀਬ ਦਾ ਸਮਾਂ ਜਿਹੜਾ ਉਹ ਨਿਤਿਨ ਗਡਕਰੀ ਸਾਹਿਬ ਨੂੰ ਵੀ ਆਇਆ ਨੂੰ ਹੋ ਗਿਆ, ਕਿੰਨੀਆਂ ਕੁ ਤੁਸੀਂ ਇੱਟਾਂ ਲੱਗੀਆਂ ਜਾਂ ਕਿੰਨੀ ਕੁ ਮਸ਼ੀਨਰੀ ਉੱਥੇ ਆ ਕੇ ਖੜੀ ਹੋ ਚੁੱਕੀ ਹੈ। ਮੈਡੀਕਲ ਕਾਲਜ ਦਾ ਤੁਸੀਂ ਕਹਿੰਦੇ ਆ ਕਿ ਕੇਂਦਰ ਨੇ ਆਪਣੀ ਰਾਸ਼ੀ ਹੈ ਜਾਂ ਆਪਣਾ ਫੰਡ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਹੈ, ਇਹ ਪੰਜਾਬ ਸਰਕਾਰ ਨੂੰ ਪੁੱਛਿਆ ਜਾਵੇ ਕਿ ਉਹਨਾਂ ਨੇ ਕਿੱਥੇ ਵਰਤਿਆ, ਤਾਂ ਮੈਂ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਜਦੋਂ ਪਿੰਡਾਂ ਦੇ ਵਿੱਚ ਪੰਚਾਇਤੀ ਫੰਡ ਆਉਂਦੇ ਨੇ ਤਾਂ ਜਿਸ ਕੰਮ ਲਈ ਉਹ ਫੰਡ ਆਉਂਦਾ ਤਾਂ ਉਸੇ ਕੰਮ ਲਈ ਵਰਤਿਆ ਜਾਂਦਾ, ਤਾਂ ਜਦੋਂ ਉਹ ਫੰਡ, ਹਾਲਾਂਕਿ ਉਹ ਤਾਂ ਹੁੰਦਾ ਵੀ ਲੱਖ ਦੇ ਵਿੱਚ ਆ, ਕੋਈ ਲੱਖ, ਕੋਈ 2 ਲੱਖ, ਕੋਈ 4 ਲੱਖ, ਕੋਈ 5 ਲੱਖ, ਕਿੰਨੀ ਕੁ ਗ੍ਰਾਂਟ ਹੁੰਦੀ ਹੈ, ਤੁਸੀਂ ਤਾਂ ਫਿਰ ਕਹਿੰਦੇ ਹੋ ਕਿ 50 ਕਰੋੜ ਦੇ ਕਰੀਬ ਜਿਹੜੀ ਰਾਸ਼ੀ ਉਹ ਜਾਰੀ ਕਰ ਦਿੱਤੀ ਗਈ ਹੈ, ਤਾਂ ਜਦੋਂ ਇੱਡੀ ਵੱਡੀ ਰਾਸ਼ੀ ਜਾਰੀ ਕਰਨ ਦੇ ਬਾਵਜੂਦ ਅੱਜ ਤੱਕ ਕੇਂਦਰ ਨੇ ਪੁੱਛਿਆ ਕਿਉਂ ਨਹੀਂ ਕਿ ਭਾਈ ਇਹ ਪੈਸਾ ਜਿਹੜਾ ਭੇਜਿਆ ਸੀ ਇਹ ਕਿਹੜੀਆਂ ਥਾਵਾਂ 'ਤੇ ਤੁਸੀਂ ਵਰਤ ਦਿੱਤਾ ਗਿਆ ਜਾਂ ਕਿਹੜੇ ਫੰਡਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਵਰਤ ਦਿੱਤਾ ਗਿਆ? ਕਿਉਂਕਿ ਜਦੋਂ ਪੰਚਾਇਤੀ ਫੰਡਾਂ ਨੂੰ ਜਿਹੜੇ ਕੰਮ ਲਈ ਆਇਆ ਹੁੰਦਾ ਉੱਥੇ ਨਹੀਂ ਵਰਤਿਆ ਜਾਂਦਾ, ਤਾਂ ਪਿੰਡਾਂ ਦੇ ਲੋਕ ਹੀ ਉਹ ਹੱਲਾ ਗੁੱਲਾ ਕਰ ਦਿੰਦੇ ਨੇ, ਮੀਡੀਆ ਨੂੰ ਸੱਦ ਲੈਂਦੇ ਨੇ ਕਿ ਭਾਈ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ, ਗਲੀ ਦੇ ਨਿਰਮਾਣ ਲਈ ਇਹ ਫੰਡ ਆਇਆ ਸੀ ਤਾਂ ਇਹ ਸਰਪੰਚ ਵੱਲੋਂ ਫਲਾਨੀ ਥਾਂ 'ਤੇ ਵਰਤ ਲਿਆ ਗਿਆ, ਤਾਂ ਕਿ ਅੱਜ ਤੱਕ ਕੇਂਦਰ ਸਰਕਾਰ ਨੇ ਇਹ ਪੁੱਛਣਾ ਕਿਉਂ ਨਹੀਂ ਵਾਜਬ ਸਮਝਿਆ? ਜੇਕਰ ਪੁੱਛਿਆ ਵੀ ਹੈ ਤਾਂ ਅੱਜ ਤੱਕ ਲੋਕਾਂ ਦੀ ਕਚਹਿਰੀ ਦੇ ਵਿੱਚ ਆ ਕੇ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਸੰਤੁਸ਼ਟ ਕਰ ਸਕੇ ਕਿ ਭਾਈ ਕੇਂਦਰ ਨੇ ਆਪਣਾ ਸਾਰਾ ਫੰਡ ਹੈ ਜਿਹੜਾ ਜਾਰੀ ਕੀਤਾ, ਸਾਰਾ ਨਹੀਂ ਕੀਤਾ ਜਾਂ ਜਿੰਨਾ ਕੁ ਵੀ ਕੀਤਾ, ਪਰੰਤੂ ਇਹ ਪੰਜਾਬ ਸਰਕਾਰ ਨੇ ਫੰਡ ਆ ਇਸ ਇਹਨਾਂ ਥਾਵਾਂ 'ਤੇ ਇਹਦੀ ਵਰਤੋਂ ਕਰ ਲਈ ਗਈ ਹੈ, ਅਤੇ ਹੁਣ ਅਸੀਂ ਇਹਦੀ ਜਿਹੜੀ ਬਣਦੀ ਢੁੱਕਵੀਂ ਕਾਰਵਾਈ ਅਮਲ ਦੇ ਵਿੱਚ ਲਿਆਵਾਂਗੇ। ਸੋ ਇਹ ਕਾਰਵਾਈ ਹੈ ਜਿਹੜੀ ਹਰ ਵਾਰ ਪ੍ਰੈਸ ਕਾਨਫਰੰਸ 'ਤੇ ਜਦੋਂ ਪੱਤਰਕਾਰ ਲੰਬੇ ਹੱਥੀਂ ਲੈਂਦੇ ਨੇ ਤਾਂ ਫਿਰ ਉੱਠ ਜਾਂਦੇ ਨੇ, ਖੜ੍ਹੇ ਹੋ ਜਾਂਦੇ ਨੇ, ਜਿੰਨੇ ਕੁ ਆਗੂ ਉੱਥੇ ਬੈਠੇ ਹੁੰਦੇ ਨੇ, ਠੀਕ ਹੈ ਜੀ ਪ੍ਰੈਸ ਕਾਨਫਰੰਸ ਹੁਣ ਖਤਮ ਹੋ ਚੁੱਕੀ ਹੈ। ਸੋ ਸਵਾਲ ਹੁਣ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਦੇ ਵਿੱਚ ਰੈਲੀ ਕਰਨ ਦੇ ਲਈ ਆ ਰਹੇ ਨੇ, ਕਿ ਸੋਮ ਪ੍ਰਕਾਸ਼ ਦੀ ਜੋ ਢਿੱਲੀ ਕਾਰਗੁਜ਼ਾਰੀ ਹੈ, ਕਿ ਮੋਦੀ ਦੀ ਹੁਸ਼ਿਆਰਪੁਰ ਫੇਰੀ
ਨਾਲ ਉਸ ਕਾਰਗੁਜ਼ਾਰੀ 'ਤੇ ਪਰਦਾ ਪਏਗਾ ਜਾਂ ਨਹੀਂ, ਲੋਕ ਨਰਿੰਦਰ ਮੋਦੀ ਦੀ ਰੈਲੀ ਨੂੰ ਕਿਸ ਤਰ੍ਹਾਂ ਲੈਣਗੇ ਜਾਂ ਕੀ ਫਤਵਾ ਦੇਣਗੇ 1 ਜੂਨ ਨੂੰ, ਫਿਲਹਾਲ ਇਸ ਬਾਬਤ ਤਾਂ ਆਮ ਜਨਤਾ ਹੀ ਭਲੀ ਭਾਂਤ ਦੱਸ ਸਕਦੀ ਹੈ।